ਫਾਜ਼ਿਲਕਾ ਦੇ ਸਥਾਨਕ ਗਊਸ਼ਾਲਾ ਬਾਜ਼ਾਰ ਵਿੱਚ ਗਊਸ਼ਾਲਾ ਦੇ ਬਾਹਰ ਬਣੀਆਂ ਦੁਕਾਨਾਂ ਦਾ ਮਸਲਾ ਪਿਛਲੇ 3-4 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ। ਜਦ ਦੁਕਾਨਦਾਰਾਂ ਵੱਲੋਂ ਆਦੀਆਂ ਦੁਕਾਨਾਂ ਦੀ ਮੁਰੰਮਤ ਕਰਾਉਣ ਲਈ ਮਿਸਤਰੀ ਲਗਾਏ ਗਏ ਤਾਂ ਗਊਸ਼ਾਲਾ ਕਮੇਟੀ ਅਤੇ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਅਤੇ ਚਲਦੇ ਕੰਮ ਨੂੰ ਬੰਦ ਕਰਾਇਆ ਗਿਆ। ਜਦ ਦੁਕਾਨਦਾਰਾਂ ਨੇ ਕਿਹਾ ਵੀ ਉਹਨਾਂ ਵੱਲੋਂ ਦਿੱਤੇ ਗਏ ਕੰਟਰੈਕਟ ਵਿੱਚ ਲਿਖਿਆ ਵੀ ਦੁਕਾਨਾਂ ਦੀ ਮੁਰੰਮਤ ਕਰਾ ਸਕਦੇ ਹਨ ਤਾਂ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਦੁਕਾਨਦਾਰਾਂ ਵੱਲੋਂ ਕਈ ਤਰ੍ਹਾਂ ਦੇ ਆਰੋਪ ਵੀ ਪ੍ਰਧਾਨ ਤੇ ਲਗਾਏ ਗਏ ਅਤੇ ਕਮੇਟੀ ਤੇ ਲਗਾਏ ਗਏ। ਕਮੇਟੀ ਵੱਲੋਂ ਪੁਲਿਸ ਵੀ ਬੁਲਾਈ ਗਈ ਪਰ ਮਾਮਲਾ ਨਹੀਂ ਸੁਲਝਿਆ। ਪਹਿਲਾਂ ਇੱਕ ਦਿਨ 7 ਵਜੇ ਦਾ ਸਮਾਂ ਰੱਖਿਆ ਗਿਆ, ਫਿਰ ਅਗਲੇ ਦਿਨ 10 ਵਜੇ ਦਾ ਸਮਾਂ ਰੱਖਿਆ ਗਿਆ ਅਤੇ ਫਿਰ ਉਸ ਤੋਂ ਬਾਅਦ ਥਾਣੇ ਵਿੱਚ ਜਾ ਕੇ ਸਮਾਂ 25 ਦਿਨ ਦਾ ਰੱਖਿਆ ਗਿਆ। ਪਰ ਇਸ ਦੇ ਬਾਵਜੂਦ ਅੱਜ ਸਵੇਰੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਕਮੇਟੀ ਦੇ ਮੈਂਬਰ ਗਊਸ਼ਾਲਾ ਦੇ ਬਾਹਰ ਬਣੀਆਂ ਦੁਕਾਨਾਂ ਤੇ ਆਏ ਅਤੇ ਦੁਕਾਨਾਂ ਦੀ ਛੱਤ ਤੇ ਚੜ ਗਏ ਤੇ ਜਿਸ ਦੀ ਵੀਡੀਓ ਬਣਾਉਣ ਲੱਗੇ ਅਤੇ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਦੁਕਾਨਦਾਰਾਂ ਦਾ ਸਮਾਨ ਤੋੜਤਾ ਤੇ ਖਿਲਾਰਤਾ ਜੋ ਕਿ ਤੁਹਾਡੇ ਸਾਹਮਣੇ ਵਿਖ ਰਿਹਾ ਹੈ। ਇਹ ਆਰੋਪ ਗਊਸ਼ਾਲਾ ਦੁਕਾਨਦਾਰਾਂ ਵੱਲੋਂ ਪ੍ਰਧਾਨ ਤੇ ਕਮੇਟੀ ਤੇ ਲਗਾਏ ਜਾ ਰਹੇ ਹਨ। ਇਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਪ੍ਰਧਾਨ ਦੇ ਨਾਲ ਆਏ ਅਣਪਛਾਤੇ ਬੰਦਿਆਂ ਵੱਲੋਂ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਜਿਨ੍ਹਾਂ ਦੁਕਾਨਦਾਰ ਦੀ ਕੁੱਟਮਾਰ ਹੋਈ ਹੈ ਉਹ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ, ਜਿੱਥੇ ਬਾਅਦ ਵਿੱਚ ਦੁਕਾਨਦਾਰ ਵੀ ਇਕੱਠੇ ਹੋਏ ਅਤੇ ਗਊਸ਼ਾਲਾ ਕਮੇਟੀ ਦੇ ਮੈਂਬਰ ਵੀ ਗਏ ਅਤੇ ਪ੍ਰਧਾਨ ਵੀ ਪੁੱਜੇ ਅਤੇ ਪ੍ਰਧਾਨ ਨੇ ਆਪਦੀ ਗਲਤੀ ਮੰਨੀ ਅਤੇ ਕਿਹਾ ਵੀ ਉਹਨਾਂ ਤੋਂ ਗਲਤੀ ਹੋ ਗਈ ਹੈ ਅਤੇ ਉੱਥੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਪੱਤਰਕਾਰ ਸਾਹਿਲ ਪਠੇਜਾ ਦੀ ਰਿਪੋਰਟ। ਇਹ ਅਸ਼ੋਕ ਗੁਲਬੱਦਰ ਅਤੇ ਮੂੰਗਾ ਆਏ ਨੇ ਸਵੇਰੇ ਸਵੇਰੇ, ਉਹਨਾਂ ਨੇ ਆ ਕੇ ਸਮਾਨ ਖਿਲਾ ਰਿਹਾ ਹੈ ਦੁਕਾਨ 'ਤੇ। ਇਹਨਾਂ ਨੇ ਧਮਕੀਆਂ ਦਿੱਤੀਆਂ ਨੇ ਸਾਨੂੰ ਕਿ ਦੁਕਾਨ ਖਾਲੀ ਕਰਵਾ ਲਾਂਗੇ ਅਸੀਂ, ਠੀਕ ਹੈ। ਇਹ ਅਸੀਂ ਇਹਨਾਂ ਦੇ ਕਹਿਣ 'ਤੇ ਕੰਮ ਰੋਕਤਾ ਸੀ, ਜਿੱਥੇ ਹੈਗਾ ਸੀ ਉੱਥੇ ਤੋਂ ਉੱਥੇ ਹੀ ਰੋਕਤਾ ਸੀ। ਫਿਰ ਵੀ ਉੱਪਰ ਚੜ੍ਹ ਗਏ ਨੇ ਅਤੇ ਉੱਪਰ ਇਹਨਾਂ ਨੇ ਵੀਡੀਓ ਬਣਾਉਂਦੇ ਨੇ, ਹੋਰ ਕੁਝ ਕਰਨ ਲੱਗੇ ਨੇ। ਇਹ ਜਾਣ ਬੁੱਝ ਕੇ ਸਾਨੂੰ ਹਰਾਸ ਕਰਦੇ ਪਏ ਨੇ। ਹਰਾਸ ਕਰਨ ਦੇ ਨਾਲ ਨਾਲ ਇਹਨਾਂ ਨੇ ਸਾਡੀ ਦੁਕਾਨ ਦਾ ਸਮਾਨ ਖਿਲਾ ਰਿਹਾ, ਤੁਸੀਂ ਵੇਖ ਸਕਦੇ ਹੋ ਕਿ ਇਹ ਦੋਨੋਂ ਆ ਕੇ ਕਿਵੇਂ ਕਰ ਰਹੇ ਸੀ। ਉਸ ਤੋਂ ਬਾਅਦ ਜਦੋਂ ਕਿਸੇ ਨੇ ਮਾਰਕੀਟ ਦੇ ਲੋਕਾਂ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ 'ਤੇ ਹੱਥ ਚੱਕਿਆ ਇਹਨਾਂ ਨੇ, ਠੀਕ ਹੈ। ਇੱਟਾ ਉੱਟਾ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਵੀ ਇਹਦੇ 1-2 ਬੰਦਿਆਂ ਨੂੰ ਲੱਗ ਗਈ ਹੈ ਜਿਹੜੇ ਕਿ ਹੋਸਪਿਟਲ ਜਾ ਚੁੱਕੇ ਨੇ, ਠੀਕ ਹੈ। ਹਾਂਜੀ ਸਰ, ਸਰ ਮੈਂ ਸ਼ੋਪ ਓਪਨ ਕਰ ਰਿਹਾ ਸੀਗਾ, ਮੂੰਗਾ ਜੀ ਅਤੇ ਪ੍ਰਧਾਨ ਗੁਲਬੱਦਰ ਜੀ ਆਏ ਨੇ, ਉਹਨਾਂ ਨੇ ਆ ਕੇ ਸਮਾਨ ਖਿਲਾ ਰਿਹਾ, ਠੀਕ ਹੈ। ਸਾਨੂੰ ਧਮਕੀਆਂ ਦਿੱਤੀਆਂ ਨੇ, ਕਹਿੰਦੇ ਅਸੀਂ ਤੇਰੇ ਕੋਲ ਦੁਕਾਨ ਖਾਲੀ ਕਰਾ ਲਾਂਗੇ। ਮਾਰਕੀਟ ਦੇ ਵਿੱਚੋਂ ਸੇਤੀਆ ਜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਅਤੇ ਇੱਟਾਂ ਮਾਰੀਆਂ ਉਹਨਾਂ ਦੇ, ਉਹਨਾਂ ਨੂੰ ਹੋਸਪਿਟਲ ਲੈ ਕੇ ਗਏ ਹੋਏ ਨੇ। ਬਾਕੀ ਅੱਗੇ ਦੀ ਕਾਰਵਾਈ ਦੇਖੋ ਜੀ। ਕੀ ਵਾਕਿਆ ਹੋਇਆ ਜੀ ਅੱਜ? ਉਹਨਾਂ ਨੇ ਬਹੁਤ ਜ਼ਬਰਦਸਤੀ ਕੀਤੀ, ਮੇਰੀ ਲੱਤਾਂ ਵੀ ਮਾਰੀਆਂ ਪ੍ਰਧਾਨ ਅਤੇ ਮੂੰਗੇ ਨੇ, ਅਤੇ ਮੈਂ ਹੋਸਪਿਟਲ ਦਾਖਲ ਹੋਇਆ ਜੀ। ਅਤੇ ਇਹਨਾਂ ਜੀ ਇਹ ਹੁਣ ਇੱਥੇ ਆ ਕੇ ਕਹਿੰਦੇ ਅਸੀਂ ਰਾਜੀਨਾਮਾ ਕਰ ਲੈਂਦੇ, ਸਾਡੇ ਨਾਲ ਸਾਡੇ ਕੋਲ ਗਲਤੀ ਹੋ ਗਈ, ਮਾਫ਼ੀ ਮੰਗਦੇ ਨਾਲ ਕਿ ਆਪਾਂ ਰਾਜੀਨਾਮਾ ਕਰ ਲੈਂਦੇ ਹਾਂ। ਕੌਣ ਆਇਆ ਸੀ ਤੁਹਾਡੇ ਕੋਲ? ਮੇਰੇ ਕੋਲ ਪ੍ਰਧਾਨ ਆਏ ਸ਼ੁਕਰ ਭੱਦਰ ਜੀ। ਹੋਰ ਕੌਣ ਆਇਆ ਸੀ ਨਾਲ? ਨਾਲ ਬੁਸਲੀ ਆਇਆ ਸੀ, ਮੈਦਾਨੀ ਸਾਹਿਬ ਆਏ ਸੀ ਨਾਲ ਮੋਹਨ ਲਾਲ ਜੀ। ਉਹਨਾਂ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਹੈ ਤੁਹਾਨੂੰ ਜੀ? ਉਹ ਕਹਿੰਦੇ ਜੀ ਹੁਣ ਆਪਾਂ ਦਾ ਸਾਡੇ ਕੋਲ ਗਲਤੀ ਹੋ ਗਈ ਹੈ, ਅਸੀਂ ਮਾਫ਼ੀ ਮੰਗਦੇ ਤੁਹਾਡੇ ਕੋਲ, ਅਤੇ ਬਹਿ ਕੇ ਆਪਾਂ ਰਾਜੀਨਾਮਾ ਕਰ ਦਿੰਦੇ ਜੀ। ਕੀ ਤੁਸੀਂ ਇਸ ਗੱਲ ਤੋਂ ਸੰਤੁਸ਼ਟ ਹੋ? ਦੋਸ਼ੀ ਜੀ ਆਪਾਂ ਸਾਰੀ ਮਾਇਕ ਗੁਰਮੀਤ ਸਿੰਘ ਮੇਰਾ ਨਾਮ ਹੈ ਜੀ, ਦੇ ਠੀਕ ਹੈ। ਗੋਸ਼ਾਲਾ ਮਾਰਕੀਟ 5/28 ਸਾਡੀ ਜੀ ਨੇ, ਸਾਡੀ ਦੁਕਾਨ ਦੇ ਕੋਲ ਪ੍ਰਧਾਨ ਜੀ ਅਤੇ 5-7 ਬੰਦੇ ਅਣਪਛਾਤੇ ਆਏ ਜੀ, ਦੇ ਠੀਕ ਹੈ ਜੀ। ਉਹਨਾਂ ਨੇ ਆ ਕੇ ਸਾਡੇ ਨਾਲ ਧੱਕੇਸ਼ਾਹੀ ਕਰਨੀ ਸ਼ੁਰੂ ਕਰਤੀ, ਠੀਕ ਹੈ ਜੀ। ਅਤੇ ਇਹ ਬੋਲੇ ਪ੍ਰੋਫੈਸਰ ਸਾਡੇ ਨਾਲ, ਅਤੇ ਇਹਨਾਂ ਨੇ ਜੇ ਇੱਕ ਬੰਦੇ ਨੂੰ ਅਸੀਂ ਪਛਾਣਿਆ ਮੂੰਗਾ ਹੈਗਾ, ਜਿਹੜਾ ਗੇਟ ਕੀਪਰ ਵੀ ਹੈ, ਉਹ ਸਾਡੇ ਨਾਲ ਹੱਥੋਂ ਪੱਕੀ ਹੋਇਆ ਰਾਜਕੁਮਾਰ ਜੀ ਨਾਲ, ਉਹਨਾਂ ਨੇ ਪੇੜ ਲੱਤਾਂ ਵੀ ਮਾਰੀਆਂ ਉਹਨਾਂ ਨੇ, ਠੀਕ ਹੈ ਜੀ। ਉਹਦੇ ਵਿੱਚ ਕਾਰਵਾਈ ਇਹਨਾਂ ਬੰਦੀ ਕਾਰਵਾਈ ਕੀਤੀ ਜਾਵੇ। ਕੀ ਇਹਦੇ ਬਾਰੇ ਤੁਸੀਂ ਕੁਝ ਵੀ ਪੁਲਿਸ ਨੂੰ ਇਹਨੂੰ ਜਾਗਰੂਕ ਕਰਾਇਆ ਜੀ ਇਸ ਬਾਰੇ? ਦਰਖਾਸਤ ਲਾਈਏ, ਸਾਡੀ ਦਰਖਾਸਤ ਨੰਬਰ 83 ਹੈ ਜੀ, 83। ਇਹ ਵਾਕਿਆ ਕਿੰਨੇ ਵਜੇ ਦਾ ਸੀ ਜੀ? 10:30 ਵਜੇ ਦਾ ਵਾਕਿਆ ਜੀ। ਠੀਕ ਹੈ ਸਰ, ਸਿਵਲ ਹੋਸਪਿਟਲ ਫਾਜ਼ਿਲਕਾ ਦੇ ਵਿੱਚ ਪਹੁੰਚੇ ਹਾਂ, ਜਿੱਥੇ ਮਾਰਕੀਟ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਅਸੀਂ ਤੁਸੀਂ ਪ੍ਰਧਾਨ ਜਾਂ ਪ੍ਰਧਾਨ
हाँ जी हाँ जी, तुम देख सकते हो सिविल हॉस्पिटल फायर के पहुंचे हैं। असल हॉस्पिटल पहुंचे की ट्रैकिंग होंगे जी सवेरे, अज दुकान से एक दुकानदार के दुकान के प्रधान के नाल बंदे लैके आया सी। हाँ जी, वो दुकान से फोटो फाटो करके समान खिला रहे इन्होंने कि दुकान अभी खाली करवाएंगे उनके बाबत। उसे साडे मुंडे दुकाना वो तीन चार बंदे से गौशाला के, उन्होंने साडे बंदे को पूछा दुकानदार वगैरह वजी मुख्य बजे उन्होंने अभी हॉस्पिटल एडमिट कराया कि उन्होंने भी आधा एक बंदा एडमिट कराया बुला जोड़ा कि हूँ प्रधान अशोक गुरबद्धर सैकी साहब श्री जी राजा राम जी एक उन्होंने नाल बदानी जी वो सारे ने आके सॉरी फील की कि गलत हो असी जोड़ा परचा वापस लें तो गौशाला के बह के आराम आप जोड़ा मसला है हल। एबीएन न्यूज़ चैनल देखने वाले सभी दर्शकों से हम अपील करते हैं कि एबीएन न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।